ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਸਾਡੇ ਇਸ YouTube ਚੈਨਲ ਤੇ ਜਿੱਦਾਂ ਕਿ ਸਵੇਰੇ ਦਾ ਆਪਾਂ ਡਿਕ ਕਰ ਰਹੇ ਸੀ ਕਿ ਪੰਜਾਬ ਪੁਲਿਸ ਦਾ ਐਡਮਿਟ ਕਾਰਡ ਕਦੋਂ ਆਏਗਾ ਤਾਂ ਹੁਣ ਜਸਟ ਹਜੇ ਰਿਲੀਜ਼ ਹੋਏ ਨੇ ਐਡਮਿਟ ਕਾਰਡ ਤੇ ਜਿਹੜੇ 25 ਤੇ 26 ਤਰੀਕ ਦੋਨਾਂ ਦੀ ਰਿਲੀਜ਼ ਕਰਤੇ ਨੇ ਇਹਨਾਂ ਨੇ ਐਨ ਹੀ ਸਾਫ਼ ਹੈਗਾ ਵੀ ਹੁਣ ਕੱਲੂ 26 ਦਾ ਆਊਗਾ ਤੇ ਮੈਂ ਤੁਹਾਨੂੰ 25 ਦਾ ਤੇ 26 ਦਾ ਦੋਨੋਂ ਲਾਈਵ ਕਰਕੇ ਡਾਊਨਲੋਡ ਕਰਕੇ ਦਿਖਾਊਂਗਾ ਠੀਕ ਹੈ ਆਪਾਂ ਚੈੱਕ ਕਰ ਲੈਨੇ ਸਾਰਿਆਂ ਦਾ ਆ ਗਿਆ ਹੁਣ ਇਹ ਨਹੀਂ ਕਿ ਕਿਸੇ ਦਾ ਰਹਿ ਗਿਆ ਕਿਸੇ ਦਾ ਨਹੀਂ ਹੁਣ ਸਾਰੇ 올 ਕੈਂਡੀਡੇਟਸ ਦਾ ਰਿਲੀਜ਼ ਕਰ ਦਿੱਤਾ ਗਿਆ ਤਾਂ ਦੇਖੋ ਤੁਸੀਂ ਸਭ ਤੋਂ ਪਹਿਲਾਂ ਮੈਂ ਇੱਥੇ ਜਿਹੜਾ 25 ਤਰੀਕ ਨੂੰ ਪਹਿਲੀ ਸ਼ਿਫਟ ਯਾਨੀ ਸਵੇਰੇ ਜੀ ਦਾ ਐਗਜ਼ਾਮ ਹੈ ਉਹਨਾਂ ਦਾ ਮੈਂ ਤੁਹਾਨੂੰ ਕਰਕੇ ਦਿਖਾਣਾ ਇਸ ਵੀਡੀਓ ਵਿੱਚ ਤੇ ਆਪਣਾ ਦਾ ਲੌਗ ਇਨ ਆਈਡੀ ਤੇ ਪਾਸਵਰਡ ਜਿਹੜਾ ਇੱਥੇ ਫਿਲ ਕਰ ਲੈਨੇ ਆਂ ਆਈਡੀ ਪਾਸਵਰਡ ਤੁਹਾਨੂੰ ਮੇਲ ਆਇਆ ਹੋਗਾ ਮੈਸੇਜ ਆਇਆ ਹੋਗਾ ਤਾਂ ਚੈੱਕ ਕਰ ਲਓ ਠੀਕ ਹੈ ਤੇ ਆ ਦੇਖ ਸਕਦੇ ਤੁਸੀਂ ਇੱਥੇ ਆਪਾਂ ਆਲਵੇ ਦੇ ਵਿੱਚ ਜਾ ਕੇ ਕਨਸਟੇਬਲ ਸਿਲੈਕਟ ਕਰਨਾ ਤੇ ਇੱਥੇ ਐਡਿਟ ਐਂਡ 뷰 ਐਡਿਟ ਐਂਡ 뷰 ਤੋਂ ਬਾਅਦ ਆ ਦੇਖ ਸਕਦੇ ਹੋ ਤੁਸੀਂ ਪੇਮੈਂਟ ਸਲਿੱਪ ਦੇ ਨਾਲ ਹਾਲ ਟਿਕਟ ਆ ਰਹੀ ਹੈ ਆਪਾਂ ਇਹ ਹਾਲ ਟਿਕਟ ਤੇ ਕਲਿੱਕ ਕਰਨਾ ਟੈਬ ਤੇ ਉਸ ਤੋਂ ਬਾਅਦ ਅਸੈਸਮੈਂਟ ਦਾ ਟੈਬ ਆ ਰਹੀ ਹੈ ਇਹਦੇ ਵਿੱਚ ਆਪਾਂ ਨੂੰ ਜਿਹੜਾ ਆਪਣਾ ਐਗਜ਼ਾਮ ਦਾ ਨੇਮ ਸਿਲੈਕਟ ਕਰਨਾ ਹੈ ਆ ਦੇਖ ਸਕਦੇ ਕਨਸਟੇਬਲ ਡਿਸਟ੍ਰਿਕਟ ਐਂਡ ਅੰਮ੍ਰਿਤਸਰ 25 ਸਤੰਬਰ S1 ਮਤਲਬ ਸ਼ਿਫਟ 1 ਸਰਚ ਕਰਾਂਗੇ ਆਪਾਂ ਤਾਂ ਇੱਥੇ ਐਗਜ਼ਾਮ ਆ ਰਿਹਾ ਉਸ ਤੋਂ ਬਾਅਦ ਤੁਹਾਂ ਪਰ ਡਾਊਨਲੋਡ ਕਰਾਂਗੇ ਆ ਡਾਊਨਲੋਡ ਹੋ ਰਿਹਾ ਹੈ ਤਾਂ ਮੈਂ ਤੁਹਾਨੂੰ ਓਪਨ ਕਰ ਰਹਿਣਾ ਓਪਨ ਬੰਦ ਹਨ ਆ ਕੈਂਡੀਡੇਟ ਹਾਲ ਟਿਕਟ ਡਾਊਨਲੋਡ ਹੋ ਗਈ ਹੈ ਤੇ ਖੋਲ ਰਹੀ ਹੈ ਆ ਦੇਖ ਲੈਣੇ ਇਹਦੇ ਵਿਚਾਰੀ ਡਿਟੇਲਸ ਆ ਦੇਖ ਸੋ ਤੁਸੀਂ ਈ ਐਡਮਿਟ ਕਾਰਡ ਫੋਰ ਦਾ ਪੋਸਟ ਆਫ ਕਨਸਟੇਬਲ ਤੇ ਇਹਨੂੰ ਵੱਡਾ ਕਰ ਲੈਣੇ ਥੋੜਾ ਜਿਹਾ ਡਿਸਟ੍ਰਿਕਟ ਐਂਡ ਨਾਮ ਕਰੈਕਟਰ ਇੱਥੇ ਨਾਮ ਹੈ ਇਹਨਾਂ ਦਾ ਉਸ ਤੋਂ ਬਾਅਦ ਐਡਰੈਸ ਹੈ ਡੇਟ ਆਫ ਐਗਜ਼ਾਮ ਤੁਸੀਂ ਦੇਖ ਸਕਦੇ ਹੋ 25/2021 ਸ਼ਿਫਟ 1 ਪਹਿਲੀ ਸ਼ਿਫਟ ਈ ਹੈ 120 ਮਿੰਟ ਦਾ ਐਗਜ਼ਾਮ ਹੈ ਆਪਣਾ ਤੇ ਰਿਪੋਰਟਿੰਗ ਟਾਈਮ 8 ਵਜੇ ਐਗਜ਼ਾਮ ਜਿਹੜਾ 10 ਵਜੇ ਸਟਾਰਟ ਹੋਏਗਾ 9:30 ਵਜੇ ਗੇਟ ਬੰਦ ਹੋ ਜਾਣ ਐ ਐਗਜ਼ਾਮ ਸੈਂਟਰ ਵੀ ਆ ਗਿਆ ਹੈ এবੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣੇ ਦੇ ਵਿੱਚ ਇਹਨਾਂ ਦਾ ਠੀਕ ਹੈ ਜੀ ਤਾਂ ਇੱਥੇ ਦੇਖ ਸਕਦੇ ਤੁਸੀਂ ਆ ਹੋ ਗਿਆ ਜੀ ਹੁਣ 25 ਤਰੀਕ ਵਾਲੇ ਦਾ ਮੈਂ 26 ਵਾਲੇ ਦਾ ਕਰਕੇ ਦਿਖਾ ਦਿੰਨਾ ਤਾਂ ਕਿ ਆਪਾਂ ਨੂੰ ਡਾਊਟ ਨਾ ਰਹਿ ਜਾਵੇ ਕਿ ਸਾਰਿਆਂ ਦਾ हम आप कर लेंग इन आईडीडी है अपने ठीक है तो इतो एग्जाम सिलेक्ट कर लेना अपना कॉन्सटेबल कॉन्सटेबल तो बाद एडिटेंट व्यू एडिटेंट व्यू तो बाद देख सकते तो हॉल टिकट इन्हों का एग्जाम देख लें आप इतों एग्जाम सिलेक्ट कर लें कॉन्सटेबल फिर सर्च ਆ ਦੇਖ ਸਕਦੇ ਹੋ 26 ਤਰੀਕ ਨੂੰ ਸ਼ਿਫਟ ਪਹਿਲੀ ਵਿੱਚ ਐਗਜ਼ਾਮ ਹੈ ਤੇ ਐਗਜ਼ਾਮ ਦਾ ਨੇਮ ਆ ਰਿਹਾ ਸੋ ਆ ਡਾਊਨਲੋਡ ਦੇ অপਸ਼ਨ ਤੇ ਕਲਿੱਕ ਕਰਾਂਗੇ ਤੇ ਤੁਸੀਂ ਦੇਖ ਲਿਆ ਤੁਹਾਨੂੰ ਟਾਈਮ ਤੇ ਮੈਂ ਡੇਟ ਦਿਖਾਈ ਦਿੱਤੀ ਹੈ ਬਾਕੀ ਇਹਦੇ ਵਿੱਚ ਆਪਾਂ ਇਨਸਟਰਕਸ਼ਨਸ ਇੰਪੋਰਟੈਂਟ ਨੇ ਇਹਦੇ ਆਨੇ ਪੜ੍ਹ ਲੈਣੇ ਆ ਤੇ ਕੀ ਕੀ ਕਿ ਨਾਲ ਲੈ ਕੇ ਜਾਣਾ ਸਰ ਕੋ ਦੇਖ ਲੈਣੇ ਆ ਦੇਖ ਸਕਦੇ ਤੁਸੀਂ ਜਿਹੜਾ ਨਵਾਂ ਆਪਾਂ ਕੀਤਾ ਡਾਊਨਲੋਡ ਇਹ ਹੋ ਗਿਆ ਡਾਊਨਲੋਡ ਇਹ ਵੀ ਤੁਸੀਂ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ 2 ਟੈਸਟ ਕੇ ਨਾਮ ਲਿਖਿਆ ਹੈ ਤੇ ਇਹਨਾਂ ਦਾ ਡੇਟ ਆਫ ਐਗਜ਼ਾਮ 26 ਨੋਨ ਨੂੰ ਹੈ ਤੇ ਰਿਪੋਰਟਿੰਗ ਟਾਈਮਸ ਵੇਰੀ 8 ਵਜੇ 10 ਵਜੇ ਇਗਜ਼ਾਮ ਸਟਾਰਟ ਹੋਸ ਪਹਿਲੀ ਸ਼ਿਫਟ ਚੀ ਹੈ ਤੇ ਇਹਨਾਂ ਦਾ ਜਿਹੜਾ ਹੈ ਇਹ ਜਲੰਧਰ ਜਾਇ ਹੈ ਲੇਕਾ ਕੈਂਟਰ ਰੋਡ ਜਲੰਧਰ ਤੇ ਉਸ ਤੋਂ ਬਾਅਦ ਇਹ ਹੋ ਗਿਆ ਐਡਮਿਟ ਕਾਰਡ ਥੋੜਾ ਇਹਦੇ ਵਿੱਚ ਡਿਟੇਲ ਜਿਹੜੀ ਦੇਖਣ ਲਈ ਆ ਡੈਕਲੇਰੇਸ਼ਨ ਹੈ ਜਿਹਦੇ ਵਿੱਚ ਤੁਸੀਂ ਆਪਣਾ ਨਾਮ ਭਰਨਾ ਤੇ ਆਪਣਾ son of daughter of ਤੇ ਭਰਨਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਆ ਲਾਈਨ ਹੈ ਖਾਲੀ ਛੱਡੀ ਇਹ ਇਨ ਵਿਜੀਲੇਟਰ ਦੇ ਸਾਹਮਣੇ ਇਨ ਵਿਜੀਲੇਟਰ ਦੇ ਸਾਹਮਣੇ ਆਪਾਂ ਕਰਨੀ ਹੈ ਲਿਖਣੀ ਹੈ ਤੇ ਸਾਈਨ ਵੀ ਉੱਥੇ ਕਰਨੇ ਤੁਸੀਂ ਬਸ ਆ ਖਾਨਾ ਛੱਡ ਦਿਓ ਇੱਥੋਂ ਅੱਗੇ ਕੁਝ ਨਹੀਂ ਕਰਨ ਦੀ ਲੋੜ ਹੈ ਠੀਕ ਹੈ ਇੱਥੇ ਲਿਖਿਆ ਹੈ ਪਲੀਜ਼ ਬ੍ਰਿੰਗ ਯੋਰ ਵੈਲਿਡ ਆਈਡੀ ਪ੍ਰੂਫ ਐਂਡ 오ਰੀਜਨਲ ਫੋਟੋ ਅਲੋਂਗ ਵਿਦ ਥਿਸ ਐਡਮਿਟ ਕਾਰਡ ਟੂ ਅਪੀਅਰ ਇਨ ði ਐਗਜ਼ਾਮੀਨੇਸ਼ਨ ਆਪਣਾ ਆਈਡੀ ਪ੍ਰੂਫ ਨਾਲ ਲੈ ਕੇ ਜਾਣਾ ਐਡਮਿਟ ਕਾਰਡ ਤਾਂ ਲੈ ਕੇ ਹੀ ਜਾਣਾ ਠੀਕ ਹੈ ਇਹ ਦੋ ਚੀਜ਼ਾਂ ਨਾਲ ਲੈ ਕੇ ਜਾਣਾ ਤੇ ਇੱਕ 오ਰੀਜਨਲ ਫੋਟੋ ਵੀ ਆਪਣੇ ਦੋ ਨਾਲ ਲੱਕ ਲਿਓ ਹਦਾਇਤਾਂ ਦੇ ਵਿੱਚ ਜਿਹੜੇ ਹਾਈਲਾਈਟ ਕੀਤੇ ਪੁਆਇੰਟ ਦੇਖ ਲੈਣੇ ਆ ਦਾਖਲਾ ਕਾਰਡ ਤੇ ਫੋਟੋ ਤੋਂ ਬਿਨਾ ਉਮੀਦਵਾਰ ਨੂੰ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਦੀ ਅਗਕੇ ਨਹੀਂ ਹੋਵੇਗੀ ਇੱਥੇ ਦੇਖ ਸਕਦੇ ਹੋ ਤੁਸੀਂ ਇੱਥੇ ਫੋਟੋ ਲੈ ਕੇ ਗਿਆ ਆਪਣੀ ਉਸ ਤੋਂ ਬਾਅਦ ਚੈੱਕ ਇਹ ਕਿ ਅਸਲ ਫੋਟੋ ਪਛਾਣ ਸਬੂਤ ਤੋਂ ਬਿਨਾ ਬੈਠਣ ਦੀ ਅਗਨਿਤੀ ਹੈਗੀ ਸਹੀ ਹੈ ਆਧਾਰ ਕਾਰਡ ਆਪਣਾ ਨਾਲ ਲੈ ਜਿਓ ਜਾਂ ਜਿੱਤੇ ਵੀ ਸਾਰਾ ਕੁਝ ਨਾਮ ਤੇ ਡੇਟਾ ਪਰ ਸਹੀ ਲਿਖਿਆ ਹੋਵੇ ਆਈ ਡੀ ਬੁੱਕ ਲੈ ਲਿਓ ਠੀਕ ਹੈ ਜੀ ਪ੍ਰਤਵਾਰੀ ਦਖਲਾ ਕਾਰਡ ਨਿਗਰਾਨ ਦੁਆਰਾ ਪ੍ਰੀਖਿਆ ਤੋਂ ਬਾਅਦ ਇਕੱਤਰ ਕੀਤੇ ਜਾਣਗੇ ਇਹ ਦਖਲਾ ਕਾਰਡ ਜਿਹੜਾ ਉੱਪਰ ਵਾਲਾ ਲੈ ਲੈਣਾ ਉਹਨਾਂ ਨੇ ਪੈਨ ਨਹੀਂ ਲੈ ਕੇ ਜਾਣਾ ਆਪਾਂ ਕੋਈ ਵੀ ਪੈਨ ਪੈਨਸਲ ਕਿਸ ਤਰ੍ਹਾਂ ਦਾ ਆਫਲਾਈਨ ਪ੍ਰੀਖਿਆ ਹੈ 네ਗੇਟਿਵ ਮਾਰਕਿੰਗ ਨਹੀਂ ਹੈ ਇਹਦੇ ਵਿੱਚ ਸੂਰੀ ਸਾਰੇ ਕੁਐਸਚਨ ਅਟੈਂਪਟ ਕਰ ਲੈਣ 120 ਕਿੰਨੇ 120 ਮਿੰਟ ਦਾ ਐਗਜ਼ਾਮ ਹੈ ਕੋਚ ਸਾਰੇ अटेम्प्ट ਕਰਨੇ ਆਪਾਂ ਉਸ ਤੋਂ ਬਾਅਦ ਕੋਈ ਵੀ ਐਸੀ ਵੈਸੀ ਚੀਜ਼ ਨਹੀਂ ਲੈਣੀ ਉਹ ਹੀ ਲਿਖਿਆ ਇਥੇ ਤੇ ਉਸ ਤੋਂ ਬਾਅਦ ਥੱਲੇ ਜਿਹੜਾ ਕੋਵਿਡ 19 ਫਾਰਮ ਹੈ ਇਹਦਾ ਸੈਲਫ ਡੈਕਲੇਰੇਸ਼ਨ ਹੈ ਇਥੇ ਨਾਮ ਭਰਨਾ ਹੈ ਆਪਣਾ ਰੋਲ ਨੰਬਰ ਭਰਨਾ ਹੈ ਉੱਪਰ ਲਿਖਿਆ ਐਡਮਿਟ ਕਾਰਡ ਤੇ ਡੇਟ ਆਫ ਐਗਜ਼ਾਮ ਐਗਜ਼ਾਮ ਸੈਂਟਰ ਨੇਮ ਤੇ ਸਿਗਨੇਚਰ ਆਫ ਕੈਂਡੀਡੇ ਤੁਸੀਂ ਪਿਛਲੇ ਸਾਰੇ ਐਗਜ਼ਾਮ ਸੀ ਕੀਤਾ ਇਹ ਤੁਹਾਨੂੰ ਪਤਾ ਹੀ ਤਿੰਨ ਪੇਜ ਨੇ ਤਿੰਨੇ ਹੀ ਪ੍ਰਿੰਟ ਕਢਾ ਲਿਓ ਇਹਨਾਂ ਤੇ ਠੀਕ ਹੈ ਤੇ 25 ਤਰੀਕ ਨੂੰ ਜਿਨ੍ਹਾਂ ਦਾ ਐਗਜ਼ਾਮ ਹੈ ਉਹਨਾਂ ਨੂੰ 올 ਦਾ ਬੈਸਟ ਤੇ ਚਾਹ ਬੀਨੂ ਜੀ ਨਾਲ ਉਹਨਾਂ ਨੂੰ ਵੀ ਤੇ ਕੋਈ ਡਾਊਟ ਵਗੈਰਾ ਰਹਿ ਗਿਆ ਹੋਵੇ ਕਿਸੇ ਦਾ ਹੁਣ ਵੈਸੇ ਤਾਂ ਡਾਊਟ ਹੋਣਾ ਨਹੀਂ ਹੈ ਕਿਉਂਕਿ ਪਹਿਲਾਂ ਸ਼ਾਮ ਨੂੰ ਐਡਮਿਟ ਕਰ ਰਿਲੀਜ਼ ਕਰਨੇ ਸ਼ੁਰੂ ਕੀਤੇ ਸੀ ਬਟ ਕੁਝ ਕਿਦੇ ਹੀ ਕੈਂਡੀਡੇਟਸ ਤੇ ਆ ਰਹੇ ਸੀ ਬਟ ਹੁਣ ਜਿਹੜੇ ਸਾਰਿਆਂ ਦੇ ਰਿਲੀਜ਼ ਕਰ ਦਿੱਤੇ ਗਏ ਤਾਂ ਜੇ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ WhatsApp ਤੇ Telegram ਤੇ ਪੁੱਛ ਸਕਦੇ ਹੋ ਠੀਕ ਹੈ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਵੀਅਰਸ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰੇ ਇਹਤੇ ਨੋਟੀਫਿਕੇਸ਼ਨ ਆਪਾਂ ਅਪਡੇਟ ਕਰਦੇ ਰਹਿਣੇ ਆ ਤੇ ਹੋਰ ਵੀ ਨਵੀਂ ਨਵੀਂ ਵੀਡੀਓਜ਼ ਤੇ ਪਾਣੇ ਰਹੇ ਨੇ ਠੀ ਤੇ ਪੰਜਾਬ ਪੁਲਿਸ ਕਨਸਟੇਬਲ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਮੈਂ ਤੇ ਕਰੰਟ ਅਫੇਅਰਸ ਲਾਸਟ 3 ਮਹੀਨੇ ਤੇ ਕਿਉਂਕਿ ਅਗਸਤ ਜੂਨ ਜੁਲਾਈ ਅਗਸਤ ਤੋਂ ਜ਼ਿਆਦਾ ਪੁੱਛਣਗੇ ਕਰੰਟ ਅਫੇਅਰ ਉਹ ਸਾਇੰਸ ਐਂਡ ਟੈਕਨੋਲੋਜੀ ਦੇ ਇੰਪੋਰਟੈਂਟ ਕੁਐਸਚਨ ਕਿੱਦਾਂ ਦੀ ਸਾਇੰਸ ਐਂਡ ਟੈਕਨੋਲੋਜੀ ਆਏਗੀ ਉਹ ਤੇ ਜਿਹੜਾ ਹੈਗਾ ਰੀਜ਼ਨਿੰਗ ਦੇ ਮੌਕ ਅਵੇਲੇਬਲ ਕਰਵਾਏ ਹੋਏ ਨੇ ਕੱਲ ਤੱਕ ਜੀਐਸਟ ਤੇ ਮੈਥ ਦੇ ਵੀ ਮੌਕ ਆ ਜਾਣਗੇ ਤਾਂ ਤੁਸੀਂ ਲੇਟੈਸਟ ਵੀਡੀਓ ਵਿੱਚ ਪਏ ਨੇ ਤੁਸੀਂ ਚੈੱਕ ਆਊਟ ਚੈੱਕ ਆਊਟ ਕਰ ਸਕਦੇ ਹੋ ਠੀਕ ਹੈ ਤੇ ਜੇ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ